ਕਾਂਗਰਸ ਛੱਡ ਕੇ ਲੋਕ ਇਨਸਾਫ ਪਾਰਟੀ ਵਿੱਚ ਸ਼ਾਮਲ ਹੋਏ ਬੀਬੀ ਸੁਰਜੀਤ ਕੌਰ ਹੀਰਾ ਦਾ ਕਹਿਣਾ ਹੈ ਕਿ ਉਹ ਪਿਛਲੇ 40 ਸਾਲਾਂ ਤੋਂ ਕਾਂਗਰਸ ਪਾਰਟੀ ਦੀ ਸੇਵਾ ਕਰਦੇ ਆ ਰਹੇ ਸਨ ਪਰ ਕਾਂਗਰਸ ਪਾਰਟੀ ਨੇ ਉਹਨਾਂ ਦਾ ਕੋਈ ਮੁੱਲ ਨਹੀਂ ਪਾਇਆ। ਉਹਨਾਂ ਕਿਹਾ ਕਿ ਉਹ ਹਲਕਾ ਵਿਧਾਇਕ ਸਮੇਤ ਕਾਂਗਰਸ ਹਾਈਕਮਾਨ ਤੋਂ ਦੁਖੀ ਹੋ ਕੇ ਕਾਂਗਰਸ ਛੱਡ ਕੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਦੀ ਅਗਵਾਈ ਹੇਠ ਲੋਕ ਇਨਸਾਫ ਪਾਰਟੀ ਵਿੱਚ ਸ਼ਾਮਲ ਹੋਏ ਹਨ। ਲੋਕ ਇਨਸਾਫ ਪਾਰਟੀ ਨੇ ਬੀਬੀ ਸੁਰਜੀਤ ਕੌਰ ਹੀਰਾ ਨੂੰ ਪੰਜਾਬ ਦਾ ਸੂਬਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਅਤੇ ਬੀਬੀ ਜੀ ਦੇ ਬੇਟੇ ਸੁਖਪਾਲ ਸਿੰਘ ਨੂੰ ਲੋਕ ਇਨਸਾਫ ਪਾਰਟੀ ਯੂਥ ਵਿੰਗ ਦਾ ਜਨਰਲ ਸਕੱਤਰ ਨਿਯੁਕਤ ਕੀਤਾ। 40 ਸਾਲ ਤੋਂ ਕੰਮ ਕਰਦੇ ਆ ਰਹੀ ਹਾਂ। ਇਹਨਾਂ ਨੇ 40 ਸਾਲਾਂ ਦੇ ਮੇਰੇ ਵਿੱਚ ਮੈਨੂੰ ਆਹ ਨਤੀਜਾ ਦਿਖਾਇਆ ਕਿ ਬਾਹਰਲੇ ਲੋਕਾਂ ਨੂੰ ਟਿਕਟਾਂ ਦਿੱਤੀਆਂ, ਉਹ ਰਾਤ ਦੇ ਜੰਮਿਆਂ ਲੋਕਾਂ ਨੂੰ ਟਿਕਟਾਂ ਦਿੱਤੀਆਂ। ਮੈਂ ਪੰਜਾਬ ਦੇ ਰਹਿਣ ਵਾਲੀ ਉਹ 40 ਸਾਲ ਤੋਂ ਕੰਮ ਪਾਰਟੀ ਦਾ ਤਨ ਤੇਈ ਨਾਲ ਪੂਰਾ ਪਰਿਵਾਰ ਮੇਰੇ ਚੰਡਾਲ ਦੀ ਤਰ੍ਹਾਂ ਅੱਜ ਖੜ੍ਹਾ ਆ। ਅੱਜ ਜੇ ਪਰਿਵਾਰ ਮੇਰਾ ਵੱਖਰਾ ਹੋਇਆ ਤਾਂ ਇਹ ਲੀਡਰਾਂ ਦੀ ਬਦੌਲਤ ਵੱਖਰਾ ਹੋਇਆ। ਕੁਛ ਸਾਨੂੰ ਟਿਕਟ ਨਹੀਂ ਦਿੱਤੀ ਇੱਥੇ। ਇਹਨਾਂ ਨੇ ਕੋਟੇ ਦੀ ਟਿਕਟ ਸੀਗੀ, ਇਹਨਾਂ ਨੇ ਜਨਰਲ ਕਰਾ ਕੇ ਇਹ ਉਹਨਾਂ ਲੋਕਾਂ ਨੂੰ ਦਿੱਤੀ ਜਿਹੜੇ ਬਾਹਰਲੇ ਲੋਕ ਆ। ਉਹ ਪੰਜਾਬੀਆਂ ਨੂੰ ਟਿਕਟ ਨਹੀਂ ਦਿੱਤੀ। ਉਸਨੇ ਅੱਜ ਤੱਕ ਮੈਨੂੰ ਸੂਈ ਨਹੀਂ ਦਿੱਤੀ। ਉਹ ਦਸਰਾ ਕੋਆਰਡੀਨੇਟਰ ਪੰਜਾਬ ਔਰਗਨਾਈਜ ਸੈਕਟਰੀ ਕਾਂਗਰਸ ਸੇਵਾ ਦਲ, ਔਰਗਨਾਈਜ ਸੈਕਟਰੀ ਕਾਂਗਰਸ ਮਹਿਲਾ ਕਾਂਗਰਸ ਵੂਮਨ ਸੈੱਲ ਪੰਜਾਬ, ਵਾਈਸ ਪ੍ਰਧਾਨ ਜ਼ਿਲ੍ਹੇ ਦੀ, ਵਾਈਸ ਪ੍ਰਧਾਨ ਕਾਂਗਰਸ ਕਮੇਟੀ ਦੀ ਜ਼ਿਲ੍ਹੇ ਦੀ, ਜਨਰਲ ਸੈਕਟਰੀ ਕਾਂਗਰਸ ਕਮੇਟੀ ਦੀ, ਔਰ ਆਲ ਇੰਡੀਆ ਦੇ ਆਲ ਇੰਡੀਆ ਨੈਸ਼ਨਲ ਟ੍ਰੇਨਿੰਗ ਦੇ ਕੈਂਪ ਲਾਏ ਜਿਹੜੇ ਕਾਂਗਰਸ ਸੇਵਾ ਦਲ ਦੇ ਪੰਜਾਬ ਦਾ ਅਹੁਦਾ ਦਿੱਤਾ ਜੀ। ਮਹਿਲਾ ਕਾਂਗਰਸ ਮੈਂ ਅਹੁਦੇ ਕਰੂੰ, ਉਹ ਤੋਂ ਵੀ ਵੱਧ ਚੜ੍ਹ ਕੇ ਕਰੂੰ। ਮੈਂ ਕੰਮ ਕਰਨੇ ਨੂੰ ਨਹੀਂ ਹੈਗੀ, ਕੰਮ ਵੱਧ ਚੜ੍ਹ ਕੇ ਅਸੀਂ ਬੈਂਸ ਸਾਹਿਬ ਦੇ ਜੇ ਸਾਡੇ ਸਿਰ 'ਤੇ ਹੱਥ ਰੱਖਿਆ ਤਾਂ ਅਸੀਂ ਬੈਂਸ ਸਾਹਿਬ ਨੂੰ ਪੂਰਾ ਸਹਿਯੋਗ ਦੇਵਾਂਗੇ। ਜਿੱਥੇ ਸਾਡੀ ਉਹਨਾਂ ਨੂੰ ਲੋੜ ਹੋਈ ਧਰਨਾ ਵੀ ਦੇਣਾ ਪੈ ਗਿਆ, ਅਸੀਂ ਧਰਨਾ ਵੀ ਦੇਵਾਂਗੇ। ਲੇਕਿਨ ਬੈਂਸ ਨੂੰ ਸਦਨ ਦਾ ਮੌਕਾ ਮਿਲਿਆ, ਇਹ ਇਹਨਾਂ ਲੀਡਰਾਂ ਦੀ ਬਦੌਲਤ ਹੋਇਆ। ਦੇਖੋ ਜੀ, ਹਜੇ ਤੱਕ ਸਾਡਾ ਤਾਂ ਕੁਛ ਨਹੀਂ ਸੁਵਾਰਿਆ। 40 ਸਾਲਾਂ ਵਿੱਚ ਮੇਰਾ ਤਾਂ ਕੋਈ ਕੰਮ ਨਹੀਂ ਸੁਵਾਰਿਆ। ਮੇਰੇ ਬੱਚੇ ਵਿਹਲੇ, ਇਹਨਾਂ ਨੇ ਮਤਲਬ ਮੈਨੂੰ ਪਿਆਰ ਦੇਣ ਦੀ ਬਜਾਏ ਤੋਂ ਵੀ ਕਤਰਾਉਂਦੇ ਆ ਇਹ, ਵੀ ਅਸੀਂ ਪਿਆਰ ਵੀ ਨਾ ਦਈਏ ਇਹਨੂੰ, ਵੀ ਇਹ ਅੱਛਾ ਕੰਮ ਕਰਦੀ ਆ। ਮੈਂ ਲੇਡੀਜ਼ ਦੇ ਨਾਲ ਰਲਾਈ ਹਾਂ, ਲੇਡੀਜ਼ ਨੂੰ ਚਿੱਠੀਆਂ ਲੈ ਕੇ ਦਿੰਦੀ ਹਾਂ, ਉਹ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਦੀ ਹਾਂ। ਇਹਨਾਂ ਨੇ ਮੇਰੀ ਉਹ ਵੀ ਮਿੱਟੀ 'ਚ ਮਿਲਾ ਦਿੱਤਾ ਕੰਮ।